ਬੀਤੀ 5 ਫਰਵਰੀ ਨੂੰ ਜਲਾਲਾਬਾਦ ਦੇ ਮੰਨਾਵਾਲਾ ਰੋਡ ਤੇ ਸਥਿਤ ਪੈਂਸੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਅਣਪਛਾਤੇ ਟਰੈਕਟਰ ਟਰਾਲੀ ਵੱਲੋਂ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ਕਾਰਨ 3 ਲੋਕ ਜ਼ਖਮੀ ਹੋ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋਣ ਜਾਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਥਾਣਾ ਸਿਟੀ ਜਲਾਲਾਬਾਦ ਦੇ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਅਤੇ ਧਰਨਾ ਲਗਾਇਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ DSP ਜਲਾਲਾਬਾਦ ਅਮਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਉਸ ਕੇਸ ਦੇ ਸੰਬੰਧ ਵਿੱਚ ਉਹਨਾਂ 6 ਫਰਵਰੀ 2018 ਨੂੰ ਮਾਮਲਾ ਦਰਜ ਕਰ ਲਿਆ ਸੀ ਅਤੇ ਹੁਣ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਧਾਰਾ ਵਿੱਚ ਵਾਧਾ ਕਰਦਿਆਂ 302 ਲਗਾ ਦਿੱਤੀ ਗਈ ਹੈ ਅਤੇ ਜਲਦੀ ਹੀ ਟੱਕਰ ਮਾਰਨ ਵਾਲੇ ਵਾਹਨ ਨੂੰ ਫੜ ਲਿਆ ਜਾਏਗਾ। ਕੋਈ ਸੁਣਵਾਈ ਹੋਈ ਕਿ ਕਿਸੇ ਮਸਲਾ ਨਹੀਂ ਸੁਣਾਈ ਹੋਈ? ਕੋਈ ਮਸਲਾ ਨਹੀਂ ਹੋਇਆ। ਧਰਨਾ ਕਿਸ ਗੱਲ ਦਾ ਲਾਇਆ? ਧਰਨਾ ਜਿਹੜਾ ਲਾਇਆ ਇਸ ਵਾਸਤੇ ਲਾਇਆ ਧਰਨਾ। ਪੋਸਟਮਾਰਟਮ ਕਰਾਉਣ ਤੋਂ ਬਾਅਦ ਜਿਹੜੇ ਵਾਰਸ ਸੀਗੇ ਉਹ ਡੈੱਡ ਬੋਡੀ ਲੈ ਕੇ ਸਿਟੀ ਥਾਣੇ ਅੱਗੇ ਆ ਕੇ ਉਹਨਾਂ ਨੇ ਧਰਨਾ ਲਾਉਣ ਲੱਗ ਗਏ। ਕਹਿੰਦੇ ਵੀ ਪ੍ਰੇਮ ਸਿੰਘ ਕੋਈ ਸਾਬਕਾ ਸਰਪੰਚ ਆ ਮੰਨੇ ਵਾਲੇ ਦਾ, ਵੀ ਉਹਨੂੰ ਪਤਾ ਵੀ ਟਰੈਕਟਰ ਟਰਾਲੀ ਕੌਣ ਸੀ। ਅਸੀਂ ਪ੍ਰੇਮ ਸਿੰਘ ਨੂੰ ਵੀ ਮੈਸੇਜ ਲਾਤਾ, ਬੁਲਾ ਕੇ ਉਹਨਾਂ ਦੀ ਤਸੱਲੀ ਕਰਾਵਾਂਗੇ। ਹੋਰ ਵੀ ਜੋ ਇਹਨਾਂ ਨੇ ਨਿਸ਼ਾਨੀਆਂ ਦੱਸੀਆਂ ਅਸੀਂ ਆਪਣੇ ਤੌਰ 'ਤੇ CCTV ਕੈਮਰੇ ਵੀ ਚੈੱਕ ਕਰਕੇ ਵੀ ਜੇ ਕਿਤੇ ਉਸ ਤਰ੍ਹਾਂ ਦੀ ਟਰਾਲੀ ਆਉਂਦੀ ਹੈ ਉਸ ਟਾਈਮ 'ਤੇ ਕੁਛ ਵੀ ਆ, ਮੁਲਜ਼ਮ ਤੱਕ ਪਹੁੰਚਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ। ਉਹਨਾਂ ਦੀ ਤਸੱਲੀ ਆ, ਉਹ ਆਪਣੀ ਡੈੱਡ ਬੋਡੀ ਲੈ ਗਿਆ, ਚੱਕ ਕੇ ਸੰਸਕਾਰ ਕਰਨ ਲੱਗੇ ਆ। ਤਫਤੀਸ਼ ਕਰਕੇ ਜੋ ਵੀ ਮੁਲਜ਼ਮ ਆ ਉਹਨੂੰ ਬਖਸ਼ਿਆ ਨਹੀਂ ਜਾਊਗਾ, ਉੱਥੇ ਕਾਨੂੰਨ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਆ। ਜਲਾਲਾਬਾਦ ਤੋਂ ਜਾਗਰਤੀ ਲਹਿਰ ਦੇ ਲਈ ਅਰਵਿੰਦਰ ਤਨੇਜਾ ਦੀ ਰਿਪੋਰਟ।